ਕੱਲ ਅਗਰ ਕਿਸਾਨ ਇੱਥੇ ਆਂਦੇ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਖਦੇੜੇਣ ਵਾਸਤੇ ਪੁਲਿਸ ਦੀ ਤਿਆਰੀ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਵਿਚਾਰਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਕਿਸ ਤਰੀਕੇ ਦੇ ਨਾਲ ਮੂਵਮੈਂਟ ਹੋ ਰਹੀ ਹੈ ਪਾਣੀ ਛੁੱਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਇੱਕ ਅਲੱਗ ਜੇ ਰੰਗ ਦਾ ਪਾਣੀ ਹੈ ਤਾਂ ਉਹ ਪਾਣੀ ਇਸ ਵੇਲੇ ਤੁਸੀਂ ਦੇਖੋ ਕਿੰਨੀ ਦੂਰ ਤੱਕ ਉਸ ਦੀ ਫੁਹਾਰ ਹੈ ਤਾਂ ਉਹ ਫੁਹਾਰ ਵੀ ਕੱਲ ਛੁੱਟੀ ਜਾਏਗੀ ਤਾਂ ਉਸ ਦੀ ਡੈਮੋਨਸਟ੍ਰੇਸ਼ਨ ਜਰੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸ਼ੰਭੂ ਬਾਰਡਰ ਦੇ ਕਿਸ ਵਲੇ ਹਾਲਾਤ ਨੇ ਪਹਿਲਾਂ ਜਿੱਥੇ ਡੈਮੋਨਸਟ੍ਰੇਸ਼ਨ ਕੀਤੀ ਗਈ ਸੀ ਤਾਂ ਹੁਣ ਪਾਣੀ ਦੀ ਬੁਸ਼ਾਰਾ ਛੱਡੀਆਂ ਜਾ ਰਹੀਆਂ ਨੇ ਤੁਸੀਂ ਵੇਖੋ ਕਿ ਉਹ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਆ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਦੀ ਬੁਸ਼ਾਰਾ ਛੱਡੀਆਂ ਜਾ ਰਹੀਆਂ ਨੇ ਤਾਂ ਤੁਸੀਂ ਰੱਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਇੱਕ ਵੱਖਰੇ ਰੰਗ ਦਾ ਪਾਣੀ ਜਿਹੜਾ ਉਸ ਨੂੰ ਛੱਟਿਆ ਜਾ ਰਿਹਾ ਹੈ ਕਿ ਇਹ ਤੁਹਾਨੂੰ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਕੱਲ ਅਗਰ ਕਿਸਾਨ ਇੱਥੇ ਆਂਦੇ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਖਦੇੜਿਆਂ ਵਾਸਤੇ ਪੁਲਿਸ ਦੀ ਤਿਆਰੀ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਵਿਚਾਰਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਕਿਸ ਤਰੀਕੇ ਦੇ ਨਾਲ ਮੂਵਮੈਂਟ ਹੋ ਰਹੀ ਹੈ ਪਾਣੀ ਛੱਟਿਆ ਜਾ ਰਿਹਾ ਹੈ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਇੱਥੇ ਆ ਕੇ ਅਗਰ ਕਿਸਾਨ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿਵੇਂ ਉਹਨਾਂ ਤੇ ਵਿਚਾਰਾ ਹੋਣਗੇ ਉਹਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਵਿਚਾਰਾ ਕੀਤੀਆਂ ਗਈਆਂ ਨੇ ਤਾਂ ਪਹਿਲਾ ਜਿਹੜੇ ਨੇ ਆਸੂ ਗੈਸ ਦੇ ਗੋਲੇ ਛੱਡੇ ਗਏ ਸਨ ਸੋ ਉਸ ਤੋਂ ਬਾਅਦ ਜਿਹੜਾ ਹੈ ਇਹ ਪਾਣੀ ਦੀ ਡੈਮੋਨਸਟ੍ਰੇਸ਼ਨ ਹੁਣ ਇੱਥੇ ਕੀਤੀ ਗਈ ਹੈ ਔਰ ਪੂਰੇ ਇਲਾਕੇ ਦੀ ਤਸਵੀਰ ਵੀ ਤੁਹਾਨੂੰ ਲਗਾਤਾਰ ਸਾਂਝੀ ਕਰ ਰਿਹਾ ਕਿ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਕੱਲ ਜੋ ਇੱਕ ਕਿਸਾਨੀ ਅੰਦੋਲਨ ਟੂ ਜਿਹੜਾ ਹੈ ਉਸ ਦੀ ਸ਼ੁਰੂਆਤ ਹੋਣੀ ਹੈ ਉਸ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਜਵਾਨ ਤਨਾਤ ਕਿਤੇ ਗਏ ਨੇ ਪੈਰਾਮਿਲਟਰੀ ਫੋਰਸ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਪੁਲ ਦੇ ਉੱਤੇ ਘੇਰਾ ਪਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਜਿਹੜਾ ਹੈ ਦੂਜੇ ਪਾਸੇ ਪਾਣੀ ਦੀ ਤਸਵੀਰ ਦਿਖਾਣੇ ਆ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਇਸ ਵੇਲੇ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਉਹ ਤੁਸੀਂ ਦੇਖੋ ਕਿ ਅਗਰ ਕਿਸਾਨ ਆਂਦੇ ਨੇ ਤੇ ਕਿਵੇਂ ਪਾਣੀ ਦੀਆਂ ਬੁਸ਼ਾਰਾਂ ਹੋਣਗੀਆਂ ਕਿਵੇਂ ਪਾਣੀ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਅਥਰੂ ਗੈਸ ਵੀ ਛੱਡੀ ਜਾਏਗੀ ਪਾਣੀ ਵੀ ਛੱਡਿਆ ਜਾਏਗਾ ਤਾਂ ਉਸ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੋਣਗੇ ਤੁਸੀਂ ਦੇਖੋ ਕਿ ਇਹ ਤਸਵੀਰ ਇਹ ਜੋ ਕੱਲ ਅਗਰ ਸ਼ੁਰੂ ਹੁੰਦੀ ਆ ਤਾਂ ਦੋਨੋਂ ਪਾਸੇ ਹੀ ਤਸਵੀਰਾਂ ਦਿਖਾਣੇ ਆ ਤੁਸੀਂ ਵੇਖੋ ਕਿ ਉਧਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦਾ ਇੱਕ ਅਲੱਗ ਜੇ ਰੰਗ ਦਾ ਪਾਣੀ ਹੈ ਤਾਂ ਉਹ ਪਾਣੀ ਇਸ ਵੇਲੇ ਤੁਸੀਂ ਦੇਖੋ ਕਿੰਨੀ ਦੂਰ ਤੱਕ ਉਸ ਦੀ ਫੁਹਾਰ ਹੈ ਤਾਂ ਉਹ ਫੁਹਾਰ ਵੀ ਕੱਲ ਛੁੱਟੀ ਜਾਏਗੀ ਤਾਂ ਉਸ ਦੀ ਡੈਮੋਨਸਟ੍ਰੇਸ਼ਨ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪਾਣੀ ਛੁੱਟਿਆ ਜਾਏਗਾ ਔਰ ਕਿਸ ਤਰੀਕੇ ਦੇ ਨਾਲ ਇੱਥੇ ਸਾਰੀ ਪਲੈਨਿੰਗ ਜਿਹੜੀ ਹੈ ਉਹ ਇਸ ਵੇਲੇ ਹਰਿਆਣਾ ਪੁਲਿਸ ਵੱਲੋਂ ਅਤੇ ਅਰਥਸ਼ੰਕ ਬਲਾ ਵੱਲੋਂ ਇੱਥੇ ਕੀਤੀ ਗਈ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਮਹਾ ਕਵਰੇਜ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਤਾਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਸਥਿਤੀ ਦਿਖਾਣੇ ਆ ਇੱਕ ਪਾਸੇ ਹਰਿਆਣੇ ਦੀ ਤਸਵੀਰ ਹੈ ਤਾਂ ਦੂਸਰੇ ਪਾਸੇ ਪੰਜਾਬ ਦੀ ਤਸਵੀਰ ਹੈ ਤਾਂ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਪੰਜਾਬ ਵੱਲੋਂ ਲੋਕ ਆਣਗੇ ਔਰ ਜਦੋਂ ਲੋਕ ਆਣਗੇ ਤਾਂ ਇਸ ਤਰ੍ਹਾਂ ਇਸ ਰਸਤੇ ਰਾਹੀ ਕਿਸਾਨ ਆਣਗੇ ਤੇ ਇਹ ਦੇਖੋ ਤੁਸੀਂ ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬ ਵੱਲ ਦਾ ਰਸਤਾ ਹੈ ਉਸ ਦੇ ਵਿੱਚ ਜਿਹੜਾ ਹੈ ਇਹ ਸਾਰੇ ਰਸਤੇ ਜਾਂਦੇ ਨੇ ਤਾਂ ਇਸ ਰਸਤੇ ਰਾਹੀਂ ਕਿਸਾਨ ਆਣਗੇ ਕਿਸਾਨ ਜਦੋਂ ਇੱਥੇ ਆਉਂਦੇ ਨੇ ਤਾਂ ਸਿੱਧਾ ਟਾਕੜਾ ਉਹਨਾਂ ਦਾ ਇਸ ਜਗ੍ਹਾ ਤੇ ਹੋਏਗਾ ਜਦੋਂ ਇੱਥੋਂ ਕਿਸਾਨ ਆਉਂਦੇ ਨੇ ਤਾਂ ਇੱਥੋਂ ਦੀ ਦੋ ਰਸਤੇ ਨੇ ਇੱਕ ਤਾਂ ਸੜਕ ਰਾਹੀ ਤਾਂ ਦੂਸਰਾ ਇਸ ਮਿੱਟੀ ਰਾਹੀ ਇਸ ਮਿੱਟੀ ਰਾਹੀ ਜਿਹੜਾ ਹੈ ਨਹਿਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾਏਗੀ ਉੱਥੇ ਵੀ ਬੈਰੀਕੇਟਿੰਗ ਕੀਤੀ ਗਈ ਹੈ ਔਰ ਅਗਰ ਉੱਥੇ ਬੈਰੀਕੇਟਿੰਗ ਦੇ ਵਿੱਚ ਕਿਸਾਨ ਅੰਦਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਸ ਤੋਂ ਅੱਗੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਪਹਿਲਾਂ ਪਾਣੀ ਦੀ ਬੁਛਾਰਾ ਹੋਣ ਗਿਆ ਤਾਂ ਪਾਣੀ ਦੀ ਬੁਛਾਰਾ ਦੇ ਨਾਲ ਨਾਲ ਥੱਲੇ ਵੀ ਤੁਸੀਂ ਦੇਖੋ ਕਿ ਪੁਲਿਸ ਦੇ ਜਵਾਨ ਤਨਾਨਤ ਕਿੱਥੇ ਗਏ ਨੇ ਤਾਂ ਪਾਣੀ ਦੀ ਬੁਛਾਰਾ ਹੋਈ ਹੈ ਬਹੁਤ ਜ਼ਿਆਦਾ ਇੱਥੇ ਸਵੇਰ ਹੁਣੇ ਹੋਈ ਸੀ ਤਾਂ ਜਿਹੜਾ ਹੈ ਉਸ ਤੋਂ ਬਾਅਦ ਇਹ ਹਾਲਾਤ ਸਾਰੇ ਤਰ੍ਹਾਂ ਦੇ ਹਰ ਤਰ੍ਹਾਂ ਦਾ ਇੰਤਜ਼ਾਮਾਤ ਜਿਹੜੇ ਨੇ ਇੱਥੇ ਕੀਤੇ ਗਏ ਨੇ ਫਿਲਹਾਲ ਪੁਲਿਸ ਔਰ ਇੱਕ ਵੱਡਾ ਡੈਮੋਨਸਟ੍ਰੇਸ਼ਨ ਹੈ ਇਸ ਵੇਲੇ ਤਾਂ ਦਹਾਰੇ ਤਸਵੀਰ ਲਗਾਤਾਰ टीवी स्क्रीन ਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਡੈਮੋਨਸਟ੍ਰੇਸ਼ਨ ਚਲਾਈ ਜਾ ਰਹੀ ਹੈ ਔਰ ਕੱਲ ਇਸ ਜਗ੍ਹਾ ਦੇ ਉੱਤੇ ਅਗਰ ਅੱਜ ਮੀਟਿੰਗ 'ਚ ਸੱਟਾ ਨਹੀਂ ਨਿਕਲਦਾ ਮੀਟਿੰਗ 'ਚ ਅਗਰ ਸੱਟਾ ਨਹੀਂ ਨਿਕਲਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਇਸ ਤਰ੍ਹਾਂ ਦੀ ਜਿਹੜਾ ਹੈ ਇੱਕ ਸਥਿਤੀ ਬਣੇਗੀ ਕਿਨਾਂ-ਕਿਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਏਗਾ ਕਿਵੇਂ ਡੈਮੋਨਸਟ੍ਰੇਸ਼ਨ ਹੋਏਗੀ ਕਿਵੇਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਸਕਦੇ ਨੇ ਕਿਵੇਂ ਪਾਣੀ ਦੀਆਂ ਬੁਸ਼ਾਰਾ ਹੋ ਸਕਦੀਆਂ ਨੇ ਕਿਵੇਂ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ ਤਾਂ ਹਰ ਇੱਕ ਰਸਤਾ ਹਰ ਇੱਕ ਗਲੀ ਨੁੱਕਰ ਦੇ ਉੱਤੇ ਪੁਲਿਸ ਨੂੰ ਤਨਾਤ ਕੀਤਾ ਗਿਆ ਲੇਕਿਨ ਕਿਸਾਨ ਵੀ ਦੂਜੇ ਪਾਸੇ ਤਿਆਰ ਨਹੀਂ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਵੱਲ ਮੂਵ ਕਰ ਰਹੀਆਂ ਨੇ ਹੋਰ ਵੀ ਜਿਹੜੇ ਏਰੀਆਜ਼ ਬੰਦੇ ਨੇ ਉੱਥੋਂ ਦੀ ਟਰਾਲੀਆਂ ਜਿਹੜੀਆਂ ਲਗਾਤਾਰ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਫਿਲਹਾਲ ਸਮਾਂ ਹੈ ਅੱਜ ਮੀਟਿੰਗ ਦਾ ਮੀਟਿੰਗ ਤੋਂ ਬਾਅਦ ਅਗਰ ਕੋਈ ਸੱਟਾ ਨਹੀਂ ਨਿਕਲਦਾ ਤਾਂ ਕੱਲ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣਨਗੇ ਤੌਸਨੂ ਦਿਖਾਉਣ ਦਾ ਮਕਸਦ ਇਹ ਹੋਈ ਸੀ ਕਿ ਤਿਆਰੀ ਕਿਸ ਤਰ੍ਹਾਂ ਦੀ ਕਿਸਾਨਾਂ ਦੀ ਤਿਆਰੀ ਰਹੀ ਸੀ ਤੁਹਾਨੂੰ ਦਿਹਾਈ ਸਵੇਰੇ ਕਿਸ ਤਰੀਕੇ ਨਾਲ ਕਿਸਾਨ ਜੋ ਇਸ ਦੇ ਨਾਲ ਹਜ਼ਾਰਾਂ ਟਰਾਲੀਆਂ ਦੇ ਵਿੱਚ ਇੱਥੇ ਨਿਕਲੇ ਦੂਜੇ ਪਾਸੇ ਹੂਨ ਪੁਲਿਸ ਵੀ ਆਪਣੀ ਸ਼ਕਤੀ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ ਫਿਲਹਾਲ ਹੂਨ ਮੀਟਿੰਗ ਤੇ ਨਜ਼ਰਾਂ ਨੇ ਅਰਗਰ ਮੀਟਿੰਗ 'ਚ ਸੱਟਾ ਨਹੀਂ ਨਿਕਲਦਾ ਤਾਂ ਹਾਲਾਤ ਕੁਝ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਸ਼ੰਭੂ ਬਾਰਡਰ